ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਯਮ ਤੜਕਾ ਪੰਜਾਬੀ ਕੁਕਿੰਗ ਦੇ ਵਿੱਚ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਸਪੈਸ਼ਲ ਰੈਸਪੀ ਲੈ ਕੇ ਆਏ ਹਾਂ ਆਪਾਂ ਬਣਾਵਾਂਗੇ ਬਹੁਤ ਹੀ ਸਪੈਸ਼ਲ ਕੜੀ ਚਾਵਲ ਦੀ ਰੈਸਪੀ ਅਤੇ ਇਹ ਰੈਸਪੀ ਆਪਾਂ ਮਿਕਸ ਬਣਾਵਾਂਗੇ ਅਤੇ ਜਿਨ੍ਹਾਂ ਨੂੰ ਕੜੀ ਚਾਵਲ ਬਹੁਤ ਜ਼ਿਆਦਾ ਪਸੰਦ ਹਨ ਤਾਂ ਕੜੀ ਚਾਵਲ ਦੇ ਦੀਵਾਨੇ ਹਨ ਤਾਂ ਇਸ ਤਰੀਕੇ ਨਾਲ ਇੱਕ ਵਾਰ ਕੜੀ ਚਾਵਲ ਬਣਾ ਕੇ ਦੇਖਣਾ ਤੁਹਾਨੂੰ ਖਾਣ ਦਾ ਮਜ਼ਾ ਹੀ ਆ ਜਾਏਗਾ ਇੰਨੀ ਜ਼ਿਆਦਾ ਟੇਸਟੀ ਇਹ ਰੈਸਪੀ ਬਣਦੀ ਹੈ ਅਤੇ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆ ਰਹੀਆਂ ਹਨ ਤਾਂ ਪਲੀਜ਼ ਮੇਰੇ ਚੈਨਲ ਯਮ ਤੜਕਾ ਪੰਜਾਬੀ ਕੁਕਿੰਗ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਅਤੇ ਆਓ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ ਅਤੇ ਇੱਥੇ ਮੈਂ ਪ੍ਰੈਸ਼ਰ ਕੁੱਕਰ ਲਿਆ ਹੈ ਤੁਸੀਂ ਇੱਥੇ ਪਤੀਲਾ ਵੀ ਲੈ ਸਕਦੇ ਹੋ ਕਿ ਮੋਟੇ ਤਲੇ ਵਾਲਾ ਅਤੇ ਇਹਦੇ ਵਿੱਚ ਆਪਾਂ ਇੱਕ ਕੱਪ ਬੇਸਣ ਪਾ ਦੇਵਾਂਗੇ ਅਤੇ ਟੋਟਲ 150 ਗ੍ਰਾਮ ਬੇਸਣ ਹੈ ਅਤੇ ਅੱਧਾ ਚਮਚ ਆਪਾਂ ਪਾਵਾਂਗੇ ਨਮਕ ਅੱਧਾ ਚਮਚ ਪਾਵਾਂਗੇ ਹਲਦੀ ਪਾਊਡਰ ਅੱਧਾ ਚਮਚ ਪਾਵਾਂਗੇ ਆਪਾਂ ਲਾਲ ਮਿਰਚ ਦਾ ਪਾਊਡਰ ਤੁਸੀਂ ਲਾਲ ਮਿਰਚ ਆਪਣੇ ਟੇਸਟ ਦੇ ਹਿਸਾਬ ਨਾਲ ਪਾ ਸਕਦੇ ਹੋ ਤਾਂ ਹੁਣ ਆਪਾਂ ਇਹਨਾਂ ਚੀਜ਼ਾਂ ਨੂੰ ਪਹਿਲਾਂ ਮਿਕਸ ਕਰ ਲਵਾਂਗੇ ਅਤੇ ਬੇਸਣ ਨੂੰ ਇੱਥੇ ਮੈਂ ਛਾਣ ਕੇ ਲਿਆ ਹੈ ਤਾਂ ਕਿ ਇਹਦੇ ਵਿੱਚ ਕੋਈ ਲੰਬਸ ਨਾ ਬਣ ਜਾਣ ਅਤੇ ਇੱਥੇ ਮੈਂ 1 ਲੀਟਰ ਲੱਸੀ ਲਈ ਹੈ ਅਤੇ ਇਹਦੇ ਵਿੱਚ ਮੈਂ 2 ਕੱਪ ਲੱਸੀ ਪਹਿਲਾਂ ਪਾਵਾਂਗੀ ਅਤੇ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਦੇਵਾਂਗੇ ਅਤੇ ਇੱਥੇ ਮੈਂ ਘਰ ਦੀ ਲੱਸੀ ਲਈ ਹੈ ਇਹ ਲੱਸੀ ਕਾਫੀ ਗਾੜੀ ਹੈ ਅਗਰ ਤੁਸੀਂ ਬਾਜ਼ਾਰ ਦੀ ਲੱਸੀ ਲੈ ਰਹੇ ਹੋ ਤਾਂ ਤੁਹਾਨੂੰ ਇਹਦੇ ਨਾਲ ਡਬਲ ਲੱਸੀ ਲੈਣੀ ਪਏਗੀ ਅਤੇ ਤੁਸੀਂ ਇੱਥੇ ਦਹੀਂ ਦਾ ਯੂਜ਼ ਵੀ ਕਰ ਸਕਦੇ ਹੋ ਦਹੀਂ ਨਾਲ ਵੀ ਇਹ ਕੜੀ ਚਾਵਲ ਬਹੁਤ ਹੀ ਵਧੀਆ ਬਣਦੇ ਹਨ ਮੈਨੂੰ ਕੜੀ ਚਾਵਲ ਬਹੁਤ ਹੀ ਜ਼ਿਆਦਾ ਪਸੰਦ ਹਨ ਇਸ ਕਰਕੇ ਮੈਂ ਵੱਖਰੇ ਵੱਖਰੇ ਤਰੀਕੇ ਨਾਲ ਕੜੀ ਚਾਵਲ ਬਣਾਉਂਦੀ ਰਹਿੰਦੀ ਹਾਂ ਅਤੇ ਮੈਂ ਸੋਚਿਆ ਤੁਹਾਡੇ ਨਾਲ ਵੀ ਇਹ ਰੈਸਪੀ ਸ਼ੇਅਰ ਕਰਾਂ ਅਤੇ ਬੇਸਣ ਲੱਸੀ ਨੂੰ ਚੰਗੀ ਤਰ੍ਹਾਂ ਫੈਂਟ ਲਿਆ ਹੈ ਹੁਣ ਇਹਦੇ ਵਿੱਚ ਕੋਈ ਵੀ ਗੰਢ ਨਹੀਂ ਹੈਗੀ ਅਤੇ ਹੁਣ ਆਪਾਂ ਇਹਦੇ ਵਿੱਚ ਬਾਕੀ ਸਾਰੀ ਲੱਸੀ ਪਾ ਦੇਵਾਂਗੇ ਜਿਹੜੀ ਆਪਾਂ ਰੱਖੀ ਸੀਗੀ ਤਾਂ ਹੁਣ ਆਪਾਂ ਇਹਨੂੰ ਮਿਕਸ ਕਰ ਦੇਵਾਂਗੇ ਇੱਕ ਵਾਰ ਹੁਣ ਆਪਾਂ ਇਹਦੇ ਵਿੱਚ 1 ਤੋਂ 1.25 ਲੀਟਰ ਪਾਣੀ ਪਾਵਾਂਗੇ ਕਿਉਂਕਿ ਸਾਡੀ ਲੱਸੀ ਕਾਫੀ ਗਾੜੀ ਹੈ ਇਸ ਕਰਕੇ ਅਸੀਂ ਪਾਣੀ ਪਾਵਾਂਗੇ ਇਹਦੇ ਵਿੱਚ ਜੇ ਤੁਸੀਂ ਪੈਕਟ ਵਾਲੀ ਲੱਸੀ ਯੂਜ਼ ਕਰ ਰਹੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਪਾਣੀ ਦੀ ਜ਼ਰੂਰਤ ਨਹੀਂ ਪਏਗੀ ਹੁਣ ਆਪਾਂ ਇਹਨੂੰ ਗੈਸ ਦੇ ਉੱਪਰ ਰੱਖ ਕੇ ਅਤੇ ਚੰਗੀ ਤਰ੍ਹਾਂ ਨਾਲ ਪਕਾ ਲਵਾਂਗੇ ਤਾਂ ਕੜੀ ਜਿੰਨੀ ਜ਼ਿਆਦਾ ਰਿੱਝੇਗੀ ਓਨੀ ਜ਼ਿਆਦਾ ਟੇਸਟੀ ਬਣੇਗੀ ਅਤੇ ਸੇਮ ਕੱਪ ਨਾਲ ਆਪਾਂ ਇੱਥੇ 1.25 ਕੱਪ ਚਾਵਲ ਲਏ ਹਨ ਅਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਵਾਸ਼ ਕਰਕੇ ਅਤੇ ਭਿਉਂ ਕੇ ਰੱਖ ਦਿੱਤਾ ਹੈ ਅਤੇ ਚਾਵਲ ਨੂੰ ਬਹੁਤਾ ਚਿਰ ਭਿਉਂ ਕੇ ਨਹੀਂ ਰੱਖਣਾ ਜਿੰਨਾ ਚਿਰ ਆਪਾਂ ਤੜਕਾ ਲਗਾਵਾਂਗੇ ਓਨੀ ਦੇਰ ਭਿਉਂ ਕੇ ਰੱਖਾਂਗੇ ਅਤੇ ਹੁਣ ਇੱਧਰ ਆਪਾਂ ਇੱਕ ਵਾਰੀ ਕੜੀ ਨੂੰ ਹਿਲਾ ਦੇਵਾਂਗੇ ਅਤੇ ਕੜੀ ਚਾਵਲ ਦੇ ਵਿੱਚ ਆਪਾਂ ਪਕੌੜੇ ਅਤੇ ਆਲੂ ਬਿਲਕੁਲ ਨਹੀਂ ਪਾਵਾਂਗੇ ਇਸੇ ਤਰ੍ਹਾਂ ਹੀ ਬਣਾਵਾਂਗੇ ਇਹਨਾਂ ਨੂੰ ਅਤੇ ਹੁਣ ਕੜੀ ਨੂੰ ਬੋਇਲ ਆਉਣਾ ਸ਼ੁਰੂ ਹੋ ਗਿਆ ਤੁਸੀਂ ਦੇਖ ਸਕਦੇ ਹੋ ਹਾਲੇ ਲਗਾਤਾਰ ਆਪਾਂ ਇਹਨੂੰ ਇਸੇ ਤਰ੍ਹਾਂ ਪਕਾਉਂਦੇ ਰਹਾਂਗੇ ਅਤੇ ਹੁਣ ਆਪਾਂ ਕੜਾਈ ਵਿੱਚ ਪਾਵਾਂਗੇ 4 ਵੱਡੇ ਚਮਚ ਸਰੋਂ ਦਾ ਤੇਲ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਕੁਕਿੰਗ ਆਇਲ ਯੂਜ਼ ਕਰ ਸਕਦੇ ਹੋ ਤੁਸੀਂ ਇੱਥੇ ਦੇਸੀ ਘਿਓ ਵੀ ਯੂਜ਼ ਕਰ ਸਕਦੇ ਹੋ ਅਤੇ ਹੁਣ ਤੇਲ ਗਰਮ ਹੋ ਗਿਆ ਹੈ ਤਾਂ ਆਪਾਂ ਇਹਦੇ ਵਿੱਚ ਪਾਵਾਂਗੇ 1/2 ਚਮਚ ਜੀਰਾ 1/2 ਚਮਚ ਪਾਵਾਂਗੇ ਮੇਥੀ ਦਾਣਾ 1/2 ਚਮਚ ਪਾਵਾਂਗੇ ਰਾਈ ਅਤੇ ਬਿਲਕੁਲ ਥੋੜ੍ਹੀ ਜਿਹੀ ਆਪਾਂ ਇੱਥੇ ਹਿੰਗ ਪਾਵਾਂਗੇ ਅਤੇ ਆਪਾਂ ਸਾਬਤ ਮਸਾਲਿਆਂ ਨੂੰ 15 ਕੁ ਸੈਕਿੰਡ ਵਾਸਤੇ ਲੋਅ ਫਲੇਮ 'ਤੇ ਫਰਾਈ ਕਰਾਂਗੇ ਤਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 1 ਚਮਚ ਲਸਣ ਅਤੇ 1 ਚਮਚ ਅਦਰਕ ਬਰੀਕ ਕੱਟਿਆ ਹੋਇਆ ਅਤੇ 2 ਹਰੀਆਂ ਮਿਰਚਾਂ ਬਰੀਕ ਕੱਟੀਆਂ ਹੋਈਆਂ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਅਤੇ ਹੁਣ ਆਪਾਂ ਅਦਰਕ ਲਸਣ ਨੂੰ ਵੀ 1 ਮਿੰਟ ਮੀਡੀਅਮ ਫਲੇਮ ਦੇ ਉੱਪਰ ਫਰਾਈ ਕਰਾਂਗੇ ਅਤੇ ਅਦਰਕ ਲਸਣ ਹੁਣ ਗੋਲਡਨ ਬਰਾਊਨ ਹੋ ਗਏ ਹਨ ਤਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 7 ਤੋਂ 8 ਕਰੀ ਪੱਤਾ ਅਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਤੋੜ ਕੇ ਪਾ ਦੇਵਾਂਗੇ ਅਤੇ ਹਲਕਾ ਜਿਹਾ ਆਪਾਂ ਕੜੀ ਪੱਤਾ ਵੀ ਫਰਾਈ ਕਰ ਲਵਾਂਗੇ ਇੱਥੇ ਮੈਂ 2 ਪਿਆਜ਼ ਲਏ ਹਨ ਅਤੇ ਇਹਨਾਂ ਨੂੰ ਮੈਂ ਇਸ ਤਰ੍ਹਾਂ ਲੰਬੇ ਲੰਬੇ ਪਤਲੇ ਕੱਟ ਲਿਆ ਹੈ ਤੁਸੀਂ ਇਹਨਾਂ ਨੂੰ ਬਰੀਕ ਵੀ ਕੱਟ ਸਕਦੇ ਹੋ ਤਾਂ ਹੁਣ ਆਪਾਂ ਇਹਨਾਂ ਨੂੰ ਵੀ ਮੀਡੀਅਮ ਫਲੇਮ ਦੇ ਉੱਪਰ ਫਰਾਈ ਕਰ ਲਵਾਂਗੇ ਅਤੇ ਪਿਆਜ਼ ਨੂੰ ਆਪਾਂ ਗੋਲਡਨ ਬਰਾਊਨ ਹੋਣ ਤੱਕ ਫਰਾਈ ਕਰਨਾ ਹੈ ਅਤੇ ਹੁਣ ਪਿਆਜ਼ ਬਹੁਤ ਹੀ ਵਧੀਆ ਫਰਾਈ ਹੋ ਗਿਆ ਹੈ ਕਲਰ ਗੋਲਡਨ ਬਰਾਊਨ ਆ ਗਿਆ ਹੈ ਪਿਆਜ਼ ਦਾ ਅਤੇ ਹੁਣ ਆਪਾਂ ਸਵਾਦ ਅਨੁਸਾਰ ਨਮਕ ਪਾਵਾਂਗੇ ਨਮਕ ਧਿਆਨ ਨਾਲ ਹੀ ਪਾਵਾਂਗੇ ਨਮਕ ਆਪਾਂ ਪਹਿਲਾਂ ਹੀ ਪਾਇਆ ਸੀਗਾ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਆਪਾਂ ਚਮਚ ਦਾ 4ਵਾਂ ਹਿੱਸਾ ਇੰਨਾ ਕਲਰ ਬਹੁਤ ਹੀ ਵਧੀਆ ਆਉਂਦਾ ਹੈ ਅਤੇ ਧਨੀਆ ਪਾਊਡਰ ਪਾਵਾਂਗੇ ਆਪਾਂ 1/2 ਚਮਚ
तो इतने मैं साबुत धनिए दरदरा कुट लिया है, ये आप एक चम्मच पा देवे। तो हूँ आप इन्होंने मसालिया एक मिनट लो फ्लेम के उपर फ्राई करा। तो चावल भिओ के रखे 15 मिनट हो गए हैं, तो हूँ आप चावल पा देवे। मिक्स कर देवे हल्के हाथ ना, आप इन्होंने मिक्स करना है बहुत ज़्यादा, आप कड़छी नहीं चलानी। तो चावलों भी आप 2 मिनट मीडियम फ्लेम के उपर पका लवेंगे। तो इधर हूँ कड़ी काफ़ी रिज गई है, काफ़ी अच्छी तरह इन्हों बॉयल आ गया है कड़ी में, तो कलर भी बहुत ही वधिया आया है कड़ी का। थोड़ा आप यह कड़ी जी है वह कढ़ाई दे विच पा देवे। पहला हल्का जहा मिक्स कर लवेंगे, तो फ्लेम में आप इतने ऑफ कर देवे हल्ले, क्योंकि साड़ी कढ़ाई बहुत ही ज़्यादा गर्म है तो साड़ी कढ़ी भी बहुत गर्म है, इस करके फ्लेम ऑफ रखा। तो हूँ आप सारी कढ़ी पा देवे। तो मिक्स कर देवे। तो हूँ आप फ्लेम ऑन कर देवे इतने, तो हूँ आप चंगी तरह पकावे जदों तक कि साढ़े चावल जोड़े हैं सॉफ्ट नहीं हो जाते। तो आप हूँ इन ढक के पकावे मीडियम फ्लेम के उपर। तो हूँ 15 मिनट तो साढ़े जोड़े कड़ी चावल रिझ रहे हैं बहुत ही वधिया तरीके। तो हूँ ढक्कन आप थोड़ा जहा बंद कर देवे, तो फ्लेम आप लो कर देवे ता कि जोड़े साढ़े चावल हैं चंगी तरह गल जा। तो हूँ आप लो फ्लेम के उपर 10 मिनट होर पका लिया है, तो हूँ आप देख लें। तो हूँ आप चावलों चैक करांगे, तुसी देख सकते हो कि साढ़े चावल जोड़े हैं सॉफ्ट हो गए हैं, यदा मतलब साढ़े हूँ कढ़ी चावल बिल्कुल तैयार हैं। तो ये पावे आप अद्धा चम्मच गर्म मसाला, तो मिक्स कर देवे। तो गैस आप हूँ बंद कर देवे, तो 10 मिनट ढक के रख देवे ता कि जोड़े कढ़ी चावल हैं वह एक सार हो जा। तो हूँ आप एक छोटा तड़का होर लगावे, बिल्कुल ऑप्शनल है। इतने पावे आप 2 चम्मच देसी घ्यो पैन दे विच, तो ये पावे आप चम्मच का चौथा हिस्सा जीरा, 2 सुकियां साबुत लाल मिर्चा पा देवे, तो अद्धा कप प्याज आप इतने कट के पावे बिल्कुल बरीक बरीक पतला पतला। तो हूँ आप इन भी गोल्डन ब्राउन होने तक फ्राई करांगे। ये तड़का बिल्कुल ऑप्शनल है, अगर तुम नहीं लगाना चाहते तो तुम उस तरह भी कढ़ी चावल खा सकते हो। तो फ्लेम नूं इत्थे मीडियम रखना, आप 5 तो 6 आप इत्थे कड़ी पत्ता पावांगे ते फ्राई कर लवांगे। फ्लेम नूं हुण ऑफ कर देवांगे। तो प्याज हुण गोल्डन ब्राउन हो गया है, तुसीं देख सकते हो बहुत ही वधिया। तो हुण आपां इहदे विच पावांगे बिल्कुल थोड़ी जिही कश्मीरी लाल मिर्च, बिल्कुल थोड़ी जिही पानी है, बहुत ज़्यादा नहीं पानी, ते मिक्स कर देवांगे। तो फ्लेम आपां इत्थे ऑफ कीती होई है हुण। तो इधर साढ़े कढ़ी चावल बहुत ही वधिया जिहड़े थिक हो गए हैं, बहुत ही अच्छी कंसिस्टेंसी आई है इन्हां दी, तुसीं देख सकते हो। तो हुण आपां इहनूं एक बाउल विच सर्व कर लवांगे। स्पैशली लंच विच ए वाले कढ़ी चावल बहुत ही वधिया लगते हैं, तुसीं जरूर ट्राई करना। बरीक कट्टिया होया हरा धनिया पा देवांगे। तो हुण आपां इहनूं डेकोरेट करांगे अपने लगाए हुए तड़के दे नाल। तड़का आपां देसी घ्यो दा लगाया है, उपर जिहड़ा कढ़ी पत्ता पाया है तो प्याज पाए हैं, इन्ना कढ़ी का टेस्ट होर भी ज़्यादा बढ़ जाता है। तो हुण साडे मिक्स कढ़ी चावल बिल्कुल तैयार हैं, तुसीं देख सकते हो किन्ने वधिया बने हैं। तुसीं इह रेसिपी जरूर ट्राई करना, तो फिर मैनूं दसना कि तुहाडी कढ़ी चावल किस तरह बने। तो फिर मिलदे किसी नवीं रेसिपी के नाल, उदों तक लई सति श्री अकाल।